39 ਦੇ ਨੀਅਰ ਅਬਾਊਟ ਸਾਡੇ ਕੋਲ ਜਿਹੜਾ ਨਾਰਮਲ ਹੁੰਦਾ ਹੈ। ਸੋ ਇਟਸ ਨੀਅਰ ਟੂ ਨਾਰਮਲ ਜਿਹੜਾ ਟੈਂਪਰੇਚਰ ਚੱਲ ਰਿਹਾ, ਕਿਉਂਕਿ ਇੰਨਾ ਜ਼ਿਆਦਾ ਹੀਟ ਵੇਵ ਦਾ ਹਲੇ ਇਫੈਕਟ ਨਜ਼ਰ ਨਹੀਂ ਆ ਰਿਹਾ। ਜਿਹੜਾ ਮਿਡ ਆਫ ਮੇ ਤਾਂ ਬਹੁਤ ਜ਼ਿਆਦਾ ਹੌਟ ਹੁੰਦਾ ਹੈ, ਬਟ ਇਸ ਵਾਰੀ ਸਾਡੇ ਕੋਲ ਥੋੜ੍ਹਾ ਜਿਹਾ ਰਾਹਤ ਹੈਗੀ ਹੈ ਇਸ ਪੱਖੋਂ ਕਿ ਇੰਨਾ ਜ਼ਿਆਦਾ ਟੈਂਪਰੇਚਰ ਸ਼ੂਟ ਅਪ ਨਹੀਂ ਕੀਤਾ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਟੈਂਪਰੇਚਰ ਇਹਨਾਂ ਦਿਨਾਂ ਵਿੱਚ 44-45 ਤੱਕ ਚਲਾ ਜਾਂਦਾ। 16-17-18 ਨੂੰ ਚਾਂਸਿਸ ਹੈਗੇ ਨੇ ਕਿ ਪੰਜਾਬ ਦੇ ਕੁਛ ਜ਼ਿਲ੍ਹਿਆਂ ਦੇ ਵਿੱਚ, ਮੇਨਲੀ ਜਿਹੜੇ ਆਪਾਂ ਕਹਿ ਸਕਦੇ ਦੱਖਣ ਪੱਛਮੀ ਭਾਗਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹੈ ਛਿੱਟੇ ਪੈ ਸਕਦੇ ਆ, ਤੇਜ਼ ਹਵਾਵਾਂ ਚੱਲ ਸਕਦੀਆਂ, ਹਨੇਰੀ ਦੀ ਸੰਭਾਵਨਾ ਹੈਗੀ ਹੈ, ਔਰ ਕੁਛ ਜਗ੍ਹਾ 'ਤੇ ਆਪਾਂ ਕਹਿ ਸਕਦੇ ਲਾਈਟਨਿੰਗ ਵੀ ਇਫੈਕਟ ਕਰ ਸਕਦੀ ਹੈ। ਇਸ ਵਾਰੀ ਜਿਹੜਾ ਹੈ ਕਾਫੀ ਫਲਕਚੁਏਸ਼ਨਸ ਨੇ ਟੈਂਪਰੇਚਰਸ ਦੇ ਵਿੱਚ ਜਾਂ ਮੌਸਮ ਦੀ ਜਿਹੜੀ ਆਪਾਂ ਗੱਲ ਕਰੀਏ, ਕਿਉਂਕਿ ਅਪ੍ਰੈਲ ਵੀ ਸਾਡੇ ਕੋਲ ਕਾਫੀ ਕੂਲ ਰਿਹਾ। ਜੇ ਆਪਾਂ ਬਾਰਿਸ਼ਾਂ ਦੀ ਗੱਲ ਕਰਦੇ ਹਾਂ ਤਾਂ ਵੈਸਟਰਨ ਡਿਸਟਰਬੈਂਸ ਬੜੇ ਫ੍ਰੀਕੁਐਂਟਲੀ ਆਏ ਨੇ, ਔਰ ਜਿਹੜਾ ਆਪਾਂ ਨੀਅਰ ਮਤਲਬ ਆਪਾਂ ਕਹਿੰਦੇ ਨੀਅਰ ਟੂ ਡਬਲ ਜਿਹੜੀ ਹੈ ਰੇਨਫਾਲ ਰਿਕਾਰਡ ਕੀਤੀ ਗਈ ਹੈ ਅਪ੍ਰੈਲ ਦੇ ਵਿੱਚ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ, ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਲੁਧਿਆਣਾ ਲਾਈਵ ਦੇ ਮੌਸਮ ਖਬਰਨਾਮਾ 'ਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ, ਅਗਰ ਗੱਲ ਕਰੀਏ ਮਈ ਦੇ ਮਹੀਨੇ ਦੇ, ਤਕਰੀਬਨ ਅੱਧਾ ਮਹੀਨਾ ਜਿਹੜਾ ਮਈ ਦਾ ਬੀਤ ਚੁੱਕਿਆ ਹੈਗਾ, ਲੇਕਿਨ ਚਰਚਾ ਦਾ ਵਿਸ਼ਾ ਇਸ ਟਾਈਮ ਬਣਿਆ ਹੋਇਆ ਮੌਸਮ। ਜੀ ਹਾਂ, ਲਗਾਤਾਰ ਜਿਹੜਾ ਹੈ ਮੌਸਮ ਦੇ ਵਿੱਚ ਤਾਪਮਾਨ ਜਿਹੜਾ ਵਿਧੀ ਹੈ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ, ਲੇਕਿਨ ਇਸ ਵਾਰੀ ਮੌਸਮ ਵਿਭਾਗ ਵੱਲੋਂ ਬਹੁਤ ਜਲਦੀ ਇੱਕ ਖੁਸ਼ਖਬਰੀ ਫਿਰ ਦਿੱਤੀ ਗਈ ਹੈਗੀ ਹੈ। ਤਾਂ ਹੁਣ ਦੱਸਦਾ ਕਿ ਇਸ ਵਾਰ ਸਾਲ ਦੇ ਵਿੱਚ ਦੋ ਵਾਰ ਤਾਪਮਾਨ 40 ਡਿਗਰੀ ਨੂੰ ਛੂ ਚੁੱਕਿਆ ਹੈਗਾ ਵੈ, ਲੇਕਿਨ ਇੱਕ ਵਾਰੀ ਫਿਰ ਜਿਹੜੀ ਹੈ ਮੌਸਮ ਵਿਭਾਗ ਵੱਲੋਂ ਖੁਸ਼ਖਬਰੀ ਦਿੱਤੀ ਜਾ ਰਹੀ ਹੈ ਕਿ ਤਾਪਮਾਨ ਦੇ ਵਿੱਚ ਬਹੁਤ ਜਲਦੀ 3-4 ਦਿਨਾਂ ਦੇ ਵਿੱਚ ਜਿਹੜੀ ਹੈ ਗਿਰਾਵਟ ਦੇਖਣ ਨੂੰ ਮਿਲੇਗੀ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਮੌਸਮ ਵਿਭਾਗ ਤੋਂ ਮੈਮ ਕੇ ਗਿੱਲ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ, ਵੈਲਕਮ ਟੂ ਲੁਧਿਆਣਾ ਲਾਈਵ। ਥੈਂਕ ਯੂ। ਸੋ ਮੈਮ, ਕੀ ਕਹਿਣਾ ਚਾਹੋਗੇ ਕਿ ਮੌਸਮ ਦਾ ਜਿਹੜਾ ਇੱਕ ਵਾਰੀ ਫਿਰ ਜਿਹੜਾ 40 ਡਿਗਰੀ ਨੂੰ ਤਾਪਮਾਨ ਕੱਲ੍ਹ ਛੂ ਚੁੱਕਿਆ ਹੈਗਾ, ਕਿੱਦਾਂ ਲੱਗ ਰਿਹਾ, ਆਉਣ ਵਾਲੇ ਦਿਨ ਕਿੱਦਾਂ ਦੇ ਰਹਿਣਗੇ ਮੌਸਮ ਲੈ ਕੇ? ਹਾਂਜੀ, ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਸਾਡੇ ਕੋਲ ਜਿਹੜਾ ਮੈਕਸੀਮਮ ਹਲੇ ਤੱਕ ਟੈਂਪਰੇਚਰ ਹੈ 40 ਦੇ ਨੀਅਰ ਅਬਾਊਟ ਜਿਹੜਾ ਰਿਕਾਰਡ ਹੋਇਆ, ਔਰ 39 ਦੇ ਨੀਅਰ ਅਬਾਊਟ ਸਾਡੇ ਕੋਲ ਜਿਹੜਾ ਨਾਰਮਲ ਹੁੰਦਾ ਹੈ। ਸੋ ਇਟਸ ਨੀਅਰ ਟੂ ਨਾਰਮਲ ਜਿਹੜਾ ਟੈਂਪਰੇਚਰ ਚੱਲ ਰਿਹਾ, ਕਿਉਂਕਿ ਇੰਨਾ ਜ਼ਿਆਦਾ ਹੀਟ ਵੇਵ ਦਾ ਹਲੇ ਇਫੈਕਟ ਨਜ਼ਰ ਨਹੀਂ ਆ ਰਿਹਾ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ, ਜਿਵੇਂ ਅੱਜ ਜੇਠ ਦਾ ਮਹੀਨਾ ਸ਼ੁਰੂ ਹੋਇਆ, ਤਾਂ ਇਸ ਮਤਲਬ ਜਿਹੜਾ ਮਿਡ ਆਫ ਮੇ ਤਾਂ ਬਹੁਤ ਜ਼ਿਆਦਾ ਹੌਟ ਹੁੰਦਾ ਹੈ, ਬਟ ਇਸ ਵਾਰੀ ਸਾਡੇ ਕੋਲ ਥੋੜ੍ਹਾ ਜਿਹਾ ਰਾਹਤ ਹੈਗੀ ਹੈ ਇਸ ਪੱਖੋਂ ਕਿ ਇੰਨਾ ਜ਼ਿਆਦਾ ਟੈਂਪਰੇਚਰ ਸ਼ੂਟ ਅਪ ਨਹੀਂ ਕੀਤਾ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਟੈਂਪਰੇਚਰ ਇਹਨਾਂ ਦਿਨਾਂ ਵਿੱਚ 44-45 ਤੱਕ ਚਲਾ ਜਾਂਦਾ, ਬਟ ਇਸ ਵਾਰੀ ਜਿਹੜਾ ਮੈਕਸੀਮਮ ਸਾਡੇ ਕੋਲ ਜਿਹੜਾ 40 ਡਿਗਰੀ ਹੋਇਆ, ਬਟ ਫਿਰ ਵੀ ਪੰਜਾਬ ਦੇ ਵਿੱਚ 40-43 ਡਿਗਰੀ ਟੈਂਪਰੇਚਰ ਹੀ ਚੱਲ ਰਿਹਾ। ਸੋ ਹਲੇ ਫਿਰ ਇਸ ਤੋਂ ਥੋੜ੍ਹੀ ਜਿਹੀ ਰਾਹਤ ਮਿਲਣ ਦੀ ਸੰਭਾਵਨਾ ਹੈਗੀ ਹੈ, ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਉਹ ਅਪਰੋਚ ਕਰ ਰਿਹਾ। 16-17-18 ਨੂੰ ਚਾਂਸਿਸ ਹੈਗੇ ਨੇ ਕਿ ਪੰਜਾਬ ਦੇ ਕੁਛ ਜ਼ਿਲ੍ਹਿਆਂ ਦੇ ਵਿੱਚ, ਮੇਨਲੀ ਜਿਹੜੇ ਆਪਾਂ ਕਹਿ ਸਕਦੇ ਦੱਖਣ ਪੱਛਮੀ ਭਾਗਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹੈ ਛਿੱਟੇ ਪੈ ਸਕਦੇ ਆ, ਤੇਜ਼ ਹਵਾਵਾਂ ਚੱਲ ਸਕਦੀਆਂ, ਹਨੇਰੀ ਦੀ ਸੰਭਾਵਨਾ ਹੈਗੀ ਹੈ, ਔਰ ਕੁਛ ਜਗ੍ਹਾ 'ਤੇ ਆਪਾਂ ਕਹਿ ਸਕਦੇ ਲਾਈਟਨਿੰਗ ਵੀ ਇਫੈਕਟ ਕਰ ਸਕਦੀ ਹੈ। ਅਗਰ ਮੈਮ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ, ਤਾਂ ਲੁਧਿਆਣਾ ਸ਼ਹਿਰ 'ਚ ਕੀ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ 16-17-18 ਤਰੀਕ ਨੂੰ? ਦੇਖੋ, ਕਲਾਊਡੀਨੈਸ ਤਾਂ ਰਹੇਗੀ ਹੋਈ ਹੈ ਨਾ, ਥੋੜ੍ਹੀ ਬੱਦਲਵਾਈ 2-3 ਦਿਨ ਰਹੇਗੀ 16-17-18 ਨੂੰ, ਕੁਛ ਥੋੜ੍ਹੇ ਬਹੁਤੇ ਛਿੱਟੇ ਪੈ ਸਕਦੇ ਆ, ਬਸ ਇੰਨਾ ਕੁ ਜਿਹੜਾ ਚੇਂਜ ਹੈਗੀ ਉਹ ਜ਼ਰੂਰ ਅਬਜ਼ਰਵ ਕੀਤੀ ਜਾਏਗੀ ਇਹਨਾਂ ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਟੈਂਪਰੇਚਰਸ ਜਿਹੜੇ ਨੇ ਗ੍ਰੈਜੂਅਲੀ ਰਾਈਜ਼ ਕਰਨਗੇ, ਕਿਉਂਕਿ ਉਸ ਤੋਂ ਬਾਅਦ ਮੌਸਮ ਕਾਫੀ ਹੱਦ ਤੱਕ ਜਿਹੜਾ ਸਾਫ਼ ਹੋਣ ਦੀ ਸੰਭਾਵਨਾ ਹੈ। ਲਗਾਤਾਰ ਮੈਮ, ਅਗਰ ਮਈ ਦੇ ਮਹੀਨੇ ਦੀ ਗੱਲ ਕਰੀਏ ਤਾਂ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਤਾਪਮਾਨ WDU ਸਿਸਟਮ ਬਾਰ ਬਾਰ ਆਉਂਦਾ, ਜਿਸ ਕਰਕੇ ਤਾਪਮਾਨ ਨੀਚੇ ਜਾ ਰਿਹਾ ਹੈਗਾ ਵੈ, ਔਰ ਫਿਰ ਇੱਕਦਮ ਜਦੋਂ ਜਾਂਦਾ ਹੈਗਾ 2 ਦਿਨ ਲਈ ਫਿਰ ਉੱਪਰ ਹੋ ਜਾਂਦਾ। ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੀ ਗੱਲ ਵੀ ਕਰੀਏ ਤਾਂ ਕਾਫੀ ਟਾਈਮ ਜਿਹੜਾ WDU ਸਿਸਟਮ ਰਿਹਾ, 10 ਤਰੀਕ ਤੋਂ ਪਿੱਛੇ ਪਿੱਛੇ ਵੀ, ਔਰ ਹੁਣ ਫਾਈਨਲੀ ਫਿਰ 15 ਤਰੀਕ ਹੋਈ ਹੈ, ਅਤੇ ਅੱਜ ਕੱਲ੍ਹ ਦੀ ਧੁੱਪ ਬਹੁਤ ਜ਼ਿਆਦਾ ਦੇਖੀ ਗਈ ਸੀਗੀ। ਹੁਣ ਤੁਸੀਂ ਫਿਰ ਤੁਸੀਂ ਦੱਸ ਰਹੇ ਹੋ ਕਿ ਫਿਰ ਥੋੜ੍ਹਾ ਜਿਹਾ ਦੇਖ ਜਿਹੜਾ ਤਾਪਮਾਨ 'ਚ ਥੋੜ੍ਹੀ ਜਿਹੀ ਗਿਰਾਵਟ ਆਏਗੀ, ਕਿਉਂਕਿ ਸਿਸਟਮ ਚੇਂਜ ਹੋਣ ਦੀ ਵਜ੍ਹਾ ਨਾਲ। 16-17-18 ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਰੇ ਮੌਸਮ ਨੂੰ? ਹਾਂਜੀ, ਇਸ ਵਾਰੀ ਜਿਹੜਾ ਹੈ ਕਾਫੀ ਫਲਕਚੁਏਸ਼ਨਸ ਨੇ ਟੈਂਪਰੇਚਰਸ ਦੇ ਵਿੱਚ ਜਾਂ ਮੌਸਮ ਦੀ ਜਿਹੜੀ ਆਪਾਂ ਗੱਲ ਕਰੀਏ, ਕਿਉਂਕਿ ਅਪ੍ਰੈਲ ਵੀ ਸਾਡੇ ਕੋਲ ਕਾਫੀ ਕੂਲ ਰਿਹਾ। ਜੇ ਆਪਾਂ ਬਾਰਿਸ਼ਾਂ ਦੀ ਗੱਲ ਕਰਦੇ ਹਾਂ ਤਾਂ ਵੈਸਟਰਨ ਡਿਸਟਰਬੈਂਸ ਬੜੇ ਫ੍ਰੀਕੁਐਂਟਲੀ ਆਏ ਨੇ, ਔਰ ਜਿਹੜਾ ਆਪਾਂ ਨੀਅਰ ਮਤਲਬ ਆਪਾਂ ਕਹਿੰਦੇ ਨੀਅਰ ਟੂ ਡਬਲ ਜਿਹੜੀ ਹੈ ਰੇਨਫਾਲ ਰਿਕਾਰਡ ਕੀਤੀ ਗਈ ਹੈ ਅਪ੍ਰੈਲ ਦੇ ਵਿੱਚ। ਸਾਡੇ ਕੋਲ 35-36 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ, ਜਿਹੜੀ ਕਿ ਨੋਰਮਲ ਨਾਲੋਂ ਤੋਂ ਕਾਫੀ ਜ਼ਿਆਦਾ।
और इसी तरह फिर मई के भी टैंपरेचर काफ़ी कूल रहे हैं, जिवें फस्ट मई ही आप कह सकते हैं कि कूलैसट सगा है ना, काफ़ी जिमें पिछले सालों का रिकॉर्ड ब्रेक होया है। सो उस तो बाद भी इन्ना ज़्यादा शूटअप टैंपरेचर नहीं किया, क्योंकि जिस तरह पहला प्रडिक्शन सगिया कि असी हीट वेव इफेक्ट करेगी या इन्ह दिन लू चलती है, सो इस तरह दिए मतलब नहीं देखने को मिल रहे सनैरियो नहीं है। मैम इतना नहीं लग रहा है कि जिस तरह कि पहला किया जाता है जो मौसम परफेक्ट होंगे, छे महीने सर्दी रही, छे महीने गर्मियाँ रही, उस तो बाद अठ महीने की गर्मी होगी, चार महीनों की सर्दियाँ हो गई। हूँ फाइनली अगर गल करिए तो इस बार सर्दी जी है वो पैनी 15 दिसंबर तो बाद शुरू हुई है, तो उसनों लैके तो नहीं लग रहा कि मौसम थोड़ा ठंड चल रही है। हाँ जी, इस बार थोड़ी सर्दी जी एक्सटेंड तो जरूर हुई है, क्योंकि जिमें हूँ आप अप्रैल के भी ठंडा रहा, मई के भी हले तक अवे ही है, बट ये है कि यह ईयर टू ईयर जड़िया वेरिएशन आदि ही हैं। पिछले साल बहुत मार्च से ही टैंपरेचर बढ़ गया, जिस तरह वीट यील्ड से इफेक्ट आया, सो यह हूँ पता मतलब कि बड़ा अनडिटर्मिनेट जहा हो चुका है कि किस टाइप नाल, क्योंकि जे फ्रीकुएंटली वैस्टर्न डिस्टर्बेंस आते हैं तो टैंपरेचर फॉल करता है, क्लाउडीनैस होंगी है, जे उद गैप हो जाता जिमें कि लास्ट ईयर होया तो फिर साढ़े कोई टैंपरेचर फ्लक्चुएशन नहीं आती, लगातार टैंपरेचर बढ़ता। सो इस तरह दी जिहड़ियां ने मतलब हर साल दी वेरिएशनस ने, जिस तरह कि क्लाइमेट चेंज हो रहा वो करके। और अखीर मैं ही जानना चाहवा किसानों के लिए कि राहत भरा मौसम है कि नहीं। देखो हूँ हले झोने की आप कहने कि फसल लगनी है, तो उस करके हले तो मई 20 मई तो बाद जोड़े है झोना की जी पनीरी बीजन की आप सलाह दें, बाकी असी किसान वीरां उही प्रजोर अपील करते हैं कि इस बारी भी DSR के थले रकबा जोड़ा वधाया जाए, क्योंकि जोड़ा DSR ही एक साडा सल्यूशन है जिन असी पानी बचा सकते हैं, क्योंकि ये काफ़ी हद तक जोड़ा आ जिमें आप फ्लडिंग दे विच पानी वेस्ट हों, क्योंकि उन्होंने दिनों दे भी टैंपरेचर बहुत ज़्यादा हों, वैपरेशन होंगी है, पानी उड़ जाता है। सो जे एक DSR जोड़ा कि डायरैक्ट सीडिड राइस जी विधि यूनिवर्सिटी वालों रिकमेंड की गई है उन्होंने अपनाया जाए तो आप जोड़ा मतलब अपना क्लाइमेट चेंज हो रहा है या जिस तरह पानी का पद्धर थले जा रहा है तो इन्होंने चीज़ों आप काफ़ी हद तक रोक सकते हैं। बहुत बहुत शुक्रिया मैम। सो दोस्तों मैम सी के गिल जिन्होंने दस कि इस प्रकार आने वाले जो दिन है 16, 17 और 18 तरीक उसके भी तुम कुछ हवावान उस हवावान के नाल कुछ बूंदाबांदी भी देखने मिल सकती हैगी, जिससे मौसम का जरा तापमान है वो जरूर नीचे जाएगा। सो असं आस करते कि तुम सा प्रोग्राम बहुत ही वधिया लग्या होना, लुधियाना के पेज लाइक करो, सबसक्राइब करो, प्रोग्राम वधिया लगे सो प्लीज़ शेयर जरूर करो। सो कैमरा परसन सेवा सिंह के नाल हरदीप दुआ ने दो इजाजत, धन्यवाद, जुड़े रहो लुधियाना लाइव के नाल।